रेडियो तरंग नाल जुड़ी सारी ऑडियंस ਨੂੰ ਗੁਰਮਹਿਰ ਵੱਲੋਂ ਮੋਨਲ ਪੀਜੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ। ਅੱਜ ਸਾਡੇ ਵਿਹੜੇ ਰੇਡੀਓ ਤਰੰਗ ਦੇ ਵਿਹੜੇ, ਮੈਂ ਕਹੂੰਗੀ ਕਿ ਪੂਰੇ ਪਰਥ ਦੇ ਵਿਹੜੇ ਸਾਡੇ ਖਾਸ ਮਹਿਮਾਨ ਆਏ ਨੇ। ਜਦੋਂ ਵੀ ਗੱਲ ਕਰੀਏ ਪੰਜਾਬੀ ਵਿਰਸੇ ਦੀ, ਤੇ ਜੋ ਨਾਮ ਪਹਿਲਾਂ ਸਭ ਤੋਂ ਸਾਹਮਣੇ ਆਉਂਦਾ ਹੈ ਉਹ ਹੈ ਜੀ ਵਾਰਿਸ ਭਰਾਵਾਂ ਦਾ ਨਾਮ, ਮਨਮੋਹਨ ਵਾਰਿਸ ਜੀ, ਕਮਲ ਹੀਰ ਜੀ ਤੇ ਸੰਤਾਰ ਜੀ। ਪੂਰੇ ਪਰਥ ਵੱਲੋਂ ਤੁਹਾਨੂੰ ਜੀ ਆਇਆਂ ਨੂੰ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ। ਸਤਿ ਸ੍ਰੀ ਅਕਾਲ। ਬਹੁਤ ਪਿਆਰ ਭਰੀ ਗੁਰਮੇਰ ਕੌਰ ਜੀ, ਤੁਹਾਨੂੰ ਸਤਿ ਸ੍ਰੀ ਅਕਾਲ ਤੇ ਰੇਡੀਓ ਤਰੰਗ ਨਾਲ ਸਾਰੇ ਰੇਡੀਓ ਤੇ ਜੁੜੇ ਹੋਏ ਆ ਤੇ ਲਾਈਵ ਸਾਨੂੰ ਦੇਖ ਵੀ ਰਹੇ ਆ, ਉਹਨਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਡੇ। ਜੀ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਦੇ ਲਈ, ਸਾਡੇ ਲਈ ਵਕਤ ਕੱਢਣ ਦੇ ਲਈ। ਜਿਵੇਂ ਅਸੀਂ ਸਾਰੇ ਜਾਣਦੇ ਹਾਂ ਕਿ ਜੋ ਪੰਜਾਬੀ ਵਿਰਸਾ 2022 ਹੋਣ ਜਾ ਰਿਹਾ ਪਰਥ ਦੇ ਵਿੱਚ, ਅਸੀਂ ਉਹਦੇ ਬਾਬਤ ਅੱਜ ਗੱਲਾਂ ਬਾਤਾਂ ਕਰਾਂਗੇ, ਬਹੁਤ ਸਾਰੀਆਂ ਗੱਲਾਂ ਸਾਂਝੀਆਂ ਕਰਨੀਆਂ ਨੇ। ਸਾਡੇ ਆਡੀਅੰਸ ਜਿਹੜੀ ਉਹ ਬੜੀ ਐਕਸਾਈਟਡ ਹੈ, ਜਿੱਥੇ ਵੀ ਪੰਜਾਬੀ ਵਿਰਸਾ ਹੁੰਦਾ ਹੈ ਅਸੀਂ ਦੇਖਦੇ ਹਾਂ ਕਿ ਆਡੀਅੰਸ ਦੇ ਵਿੱਚ ਇੱਕ ਬਹੁਤ ਜ਼ਿਆਦਾ ਸਤਿਕਾਰ ਵੀ ਹੁੰਦਾ ਤੇ ਬਹੁਤ ਜ਼ਿਆਦਾ ਚਾਅ ਵੀ ਹੁੰਦਾ। ਸੋ ਗੱਲ ਕਰੀਏ ਇਸ 2022 ਪੰਜਾਬੀ ਵਿਰਸਾ ਦੇ ਸ਼ੁਰੂਆਤ ਦੀ, ਤੇ ਕਿਵੇਂ ਦਾ ਐਕਸਪੀਰੀਅੰਸ ਰਿਹਾ ਹੁਣ ਤੱਕ ਦਾ? ਬਹੁਤ ਵਧੀਆ ਰਿਹਾ। ਜੇ ਤੁਸੀਂ ਸੱਚ ਪੁੱਛੋ ਤਾਂ ਅਸੀਂ ਕੈਨੇਡਾ ਤੋਂ ਸ਼ੁਰੂ ਕੀਤਾ ਸੀ ਇਹ। ਜੀ ਪਹਿਲਾਂ ਅਸੀਂ ਕੈਨੇਡਾ ਦੇ ਵਿੱਚ ਤਿੰਨਾਂ ਭਰਾਵਾਂ ਨੇ 13 ਸ਼ੋਅ ਕੀਤੇ, ਫਿਰ ਥੋੜੇ ਦਿਨ ਦੀ ਬ੍ਰੇਕ ਕੀਤੀ, ਫਿਰ ਆ ਗਏ ਅਸੀਂ ਨਿਊਜ਼ੀਲੈਂਡ, ਉੱਥੇ 4 ਸ਼ੋਅ ਕੀਤੇ। ਜੀ ਤੇ ਇੱਥੇ ਵੀ ਹੁਣ ਜਿਹੜਾ ਪਰਥ ਦਾ ਸ਼ੋਅ ਆ ਹਾਊਸ ਆਫ ਭੰਗੜਾ ਵੱਲੋਂ ਕਰਵਾਇਆ ਜਾ ਰਿਹਾ। ਮਨਜਿੰਦਰ ਸੰਧੂ ਤੇ ਮਨਜਿੰਦਰ ਗਿੱਲ, ਜਿੱਦਾਂ ਤੁਸੀਂ ਕਹਿੰਦੇ ਸੀ, ਦੋਨੋਂ ਹੀ ਨਾਮ ਮਨਜਿੰਦਰ ਆ ਔਰ ਬੜੇ ਪਿਆਰੇ ਵੀਰ ਆ, ਹਮੇਸ਼ਾ ਦੀ ਤਰ੍ਹਾਂ ਫਿਰ ਉਹ ਸ਼ੋਅ ਕਰਵਾ ਰਹੇ ਆ। ਤੇ ਇਹ ਜਿਹੜਾ ਸ਼ੋਅ ਆ, ਪਿਛਲੀ ਵਾਰੀ ਵੀ ਇਦਾਂ ਹੀ ਹੋਇਆ ਸੀ ਤੇ ਇਸ ਵਾਰੀ ਵੀ ਇਦਾਂ ਹੀ ਆ ਕਿ ਉਹ 3 ਵਜੇ ਤੋਂ ਬਾਅਦ ਸ਼ੁਰੂ ਹੋ ਜਾਂਦਾ ਆ ਸ਼ੋਅ, ਕਿ ਸ਼ਾਮ ਦੇ ਸ਼ੋਅ ਆਮ ਤੌਰ ਤੇ ਕਰੀਦੇ ਆ ਜਦੋਂ ਅਸੀਂ ਸ਼ੋਅ ਕਰੀਦੇ ਆ, ਪਰ ਇਹ ਦੁਪਹਿਰ ਦਾ ਹੀ ਸ਼ੋਅ ਹੁੰਦਾ ਆ ਤੇ ਉਸੇ ਤਰੀਕੇ ਲੋਡਾ ਵੇਲਾ ਜਿਹਨੂੰ ਕਹਿ ਦਿੰਦੇ ਆ। ਬਹੁਤ ਵਧੀਆ, ਤੁਸੀਂ ਤਾਂ ਨਵਾਂ ਪੁਰਾਣਾ ਲਫ਼ਜ਼ ਯਾਦ ਕਰਾ ਦਿੱਤਾ। ਤੇ ਇਸ ਤਰੀਕੇ ਦਾ ਇਹ ਸ਼ੋਅ ਆ ਤੇ ਅਸੀਂ ਪਰਥ ਦੇ ਵਿੱਚ ਅਸੀਂ ਸ਼ੋਅ ਕੱਲ ਨੂੰ ਪੇਸ਼ ਕਰ ਰਹੇ ਆ ਤਿੰਨੋ ਹੀ ਭਰਾ, ਤੇ ਆਸਟ੍ਰੇਲੀਆ ਅਸੀਂ ਸ਼ੁਰੂ ਕਰ ਲਿਆ ਆ। ਆਸਟ੍ਰੇਲੀਆ ਸ਼ੁਰੂ ਹੋ ਗਿਆ ਤੇ 3 ਸ਼ੋਅ ਸਾਡੇ ਬਾਕੀ ਰਹਿ ਗਏ ਉਹ ਤੋਂ ਬਾਅਦ ਦੇ ਵਿੱਚ, ਤੇ ਹੁਣ ਅਸੀਂ ਤੁਹਾਨੂੰ ਕੱਲ ਨੂੰ ਇੱਥੇ ਮਿਲਣਾ ਹੈ। ਬਹੁਤ ਖੁਸ਼ੀ ਹੋਈ ਜਾਣ ਕੇ ਕਿ ਹੁਣ ਤੱਕ ਦਾ ਐਕਸਪੀਰੀਅੰਸ ਜੋ ਬਹੁਤ ਵਧੀਆ ਰਿਹਾ, ਤੇ ਅਸੀਂ ਜਿਵੇਂ ਸਾਰੀ ਆਡੀਅੰਸ ਬਹੁਤ ਐਕਸਾਈਟਡ ਹੈ, ਅਸੀਂ ਜਾਣਦੇ ਹਾਂ ਕਿ ਕੱਲ ਦਾ ਜੋ ਪੰਜਾਬੀ ਵਿਰਸਾ 2022 ਪਰਥ ਦੇ ਵਿੱਚ ਹੋਣ ਜਾ ਰਿਹਾ, ਹਾਊਸ ਆਫ ਭੰਗੜਾ ਵਾਲੇ ਕਰਵਾ ਰਹੇ ਨੇ ਮਨਜਿੰਦਰ ਸੰਧੂ ਤੇ ਮਨਜਿੰਦਰ ਗਿੱਲ, ਬਹੁਤ ਸਾਰੀਆਂ ਰੌਣਕਾਂ ਲੱਗਣ ਵਾਲੀਆਂ ਨੇ। ਔਰ ਟਿਕਟਸ ਦੀ ਅਗਰ ਗੱਲ ਕਰੀਏ ਤੇ ਆਨਲਾਈਨ ਵੀ ਤੁਸੀਂ ਬਾਏ ਕਰ ਸਕਦੇ ਹੋ ਤੇ ਗੇਟ ਤੇ ਵੀ ਤੁਹਾਨੂੰ ਟਿਕਟਸ ਮਿਲਣਗੀਆਂ। ਸੋ ਬਹੁਤ ਸਾਰੇ ਅਸੀਂ ਇੱਥੇ ਪਰਦੇਸੀ ਕੰਮਾਂ ਕਾਰਾਂ 'ਚ ਬੜੇ ਬਿਜ਼ੀ ਰਹਿੰਦੇ, ਕਈ ਵਾਰ ਮਿਸ ਵੀ ਹੋ ਜਾਂਦਾ, ਤੇ ਰੇਡੀਓ ਤਰੰਗ ਦੇ ਜ਼ਰੀਏ ਮੈਂ ਇੱਕ ਵਾਰੀ ਸਾਰਿਆਂ ਨੂੰ ਬੇਨਤੀ ਕਰਾਂਗੀ ਕਿ ਆਪਣਾ ਵਕਤ ਕੱਢ ਕੇ ਜ਼ਰੂਰ ਪਹੁੰਚੋ। ਵੈਸੇ ਇਹ ਕਹਿਣ ਦੀ ਲੋੜ ਹੀ ਨਹੀਂ, ਜਦੋਂ ਵਾਰਿਸ ਭਰਾਵਾਂ ਨੇ ਆਉਣਾ ਹੁੰਦਾ ਸਭ ਨੂੰ ਚਾਅ ਹੀ ਇੰਨਾ ਹੁੰਦਾ। ਗੱਲ ਕਰੀਏ ਪੰਜਾਬੀ ਵਿਰਸੇ ਦੀ, ਬਹੁਤ ਮਾਣ ਆ ਪੂਰੇ ਪੰਜਾਬ ਨੂੰ, ਪੂਰੀ ਪੰਜਾਬੀਅਤ ਨੂੰ, ਕਿਉਂਕਿ ਤੁਸੀਂ ਉਸ ਨੂੰ ਕਾਇਮ ਰੱਖਿਆ। ਅੱਜ ਦੀ ਪੀੜ੍ਹੀ ਇਹ ਗੱਲ ਜ਼ਰੂਰ ਜਾਣਨਾ ਚਾਹੁੰਦੀ, ਮੈਨੂੰ ਪਰਸਨਲੀ ਕਿਸੇ ਨੇ ਪੁੱਛਿਆ ਸੀ ਵਾਰਿਸ ਭਰਾ ਜਦੋਂ ਵੀ ਆਉਣਗੇ, ਉਹਨਾਂ ਨੂੰ ਪੁੱਛਿਓ ਕਿ ਪੰਜਾਬੀ ਵਿਰਸਾ ਨਾਮ ਹੀ ਕਿਉਂ ਚੁਣਿਆ। ਪੰਜਾਬੀ ਮਹਿਕ ਵੀ ਹੋ ਸਕਦਾ ਸੀ ਸ਼ੋਅ ਦਾ ਨਾਮ, ਜਾਂ ਸੰਦਲੀ ਪੈੜਾ ਹੋ ਸਕਦਾ ਸੀ। ਸੋ ਇਹ ਤਾਂ ਇੱਕੋ ਹੀ ਨਾਂ ਹੋਣਾ ਸੀ, ਸੋ ਇਹ ਚੁਣ ਹੋ ਗਿਆ। ਤੇ ਇਹਦਾ ਰੀਜ਼ਨ ਸੀਗਾ 2004 ਚ ਜਦੋਂ ਅਸੀਂ ਸ਼ੁਰੂ ਕੀਤਾ ਪੰਜਾਬੀ ਵਿਰਸਾ ਸ਼ੋਅ, ਉਸ ਸਾਲ ਮੇਰਾ ਇੱਕ ਗੀਤ ਰਿਲੀਜ਼ ਹੋਇਆ ਸੀ, ਲੈ ਲਓ ਪੰਜਾਬੀ ਵਿਰਸਾ, ਢੱਡ ਸਰੰਗੀ ਤੇ ਅਲਗੋਜ਼ਿਆਂ ਵਾਲੇ ਗੀਤ ਪੁਰਾਣੇ, ਲੈ ਲਓ ਪੰਜਾਬੀ ਵਿਰਸਾ, ਉਸ ਗੀਤ ਦੇ ਨਾਂ ਤੇ ਅਸੀਂ ਆਪਣਾ ਟੂਰ ਦਾ ਨਾਂ ਰੱਖਿਆ ਸੀ। ਤੇ ਉਹ ਸ਼ੋਅ ਇੰਨਾ ਵਧੀਆ ਕਾਮਯਾਬ ਹੋਇਆ ਸੀ, ਟੋਰਾਂਟੋ ਦਾ ਸ਼ੋਅ ਰਿਕਾਰਡ ਕਰਕੇ, ਉਹ ਇੱਕ ਨਵੀਂ ਪਿਰਤ ਸੀ ਇੰਡਸਟਰੀ ਦੇ ਵਿੱਚ ਕਿ ਇੱਕ ਸ਼ੋਅ ਨੂੰ ਰਿਕਾਰਡ ਕਰਕੇ ਉਹਨੂੰ ਰਿਲੀਜ਼ ਕੀਤਾ, ਤੇ ਉਹਨੂੰ ਇੰਨਾ ਪਿਆਰ ਮਿਲਿਆ ਕਿ ਸਾਨੂੰ ਹੋਰ ਸੱਜਣ ਪੁੱਛਣ ਲੱਗ ਪਏ। ਇੰਗਲੈਂਡ ਦੇ ਜਿਹੜੇ ਪ੍ਰਮੋਟਰ ਸਾਡੇ ਸੀਗੇ, ਉਹਨਾਂ ਨੇ ਕਿਹਾ ਸਾਡੇ ਪੰਜਾਬੀ ਵਿਰਸਾ ਕਦੋਂ ਲੈ ਕੇ ਆਉਣਾ, ਜਦੋਂ ਉਹਨਾਂ ਨੇ ਇਹ ਲਫ਼ਜ਼ ਕਿਹਾ ਤੇ ਸਾਨੂੰ ਆਸਟ੍ਰੇਲੀਆ ਤੋਂ ਪੰਜਾਬੀ ਵਿਰਸਾ ਇੱਥੇ ਨਹੀਂ ਹੋ ਸਕਦਾ ਜਿਹੜਾ ਤੁਸੀਂ ਟੋਰਾਂਟੋ ਕੀਤਾ, ਤੇ ਉੱਥੋਂ ਨਾਂ ਬਣ ਗਿਆ। ਫਿਰ ਅਸੀਂ ਕਿਹਾ ਇੱਦਾਂ ਨਾ ਕਰੀਏ ਕਿ ਪੰਜਾਬੀ ਵਿਰਸਾ ਹੁਣ 2005 ਕਰ ਦਈਏ, ਬਸ ਇੰਨੀ ਛੋਟੀ ਜਿਹੀ ਗੱਲ ਹੁੰਦੀ ਆ। ਵੈਸੇ ਇਹ ਤਾਂ ਬਣਦੀ ਆ ਲੋਕਾਂ ਦੇ ਪਿਆਰ ਨਾਲ। ਵੈਸੇ ਵੀ ਜੇ ਕੋਈ ਨਾਂ ਅਸੀਂ ਹੋਰ ਵੀ ਰੱਖਦੇ, ਮਤਲਬ ਅਸੀਂ ਗਾਇਕੀ ਤੇ ਇਹੀ ਗਾਉਣੀ ਸੀ, ਸਾਡੇ ਗਾਣੇ ਵੀ ਇਹੀ ਹੋਣੇ ਸੀ, ਜਿਸ ਤਰ੍ਹਾਂ ਹੁਣ ਤੁਹਾਡੇ ਮਹਿਬੂਬ ਦਾ ਨਾਮ ਆ ਕਿ ਚੰਚਲ ਹਵਾਏ ਆਂਚਲ ਉਡਾਏ ਲੇਕਿਨ ਮੈਂ ਥਾਮ ਲੂੰ, ਸਮਝੋ ਇਸ਼ਾਰਾ ਜਬ ਮੈਂ ਤੁਹਾਰਾ ਕੋਈ ਵੀ ਨਾਮ ਲੂੰ। ਸੋ ਤੁਸੀਂ ਆਪਣੇ ਮਹਿਬੂਬ ਨੂੰ ਵੀ ਕਿਸੇ ਨਾਮ ਨਾਲ ਬੁਲਾ ਸਕਦੇ ਆ, ਆਪਣੇ ਬੱਚੇ ਨੂੰ ਕਿਸੇ ਨਾਮ ਨਾਲ ਬੁਲਾ ਸਕਦੇ ਆ। ਇਸੇ ਤਰੀਕੇ ਨਾਲ ਸਾਡਾ ਇਹ ਸ਼ੋਅ ਆ, ਸਾਡੀ ਸੋਚ ਆ, ਤੇ ਉਸ ਅਸੀਂ ਸੋਚ ਨੂੰ ਕਿਸੇ ਵੀ ਨਾਮ ਨਾਲ ਪੁਕਾਰ ਸਕਦੇ ਹਾਂ।
शब्द इना सोहना पंजाबियों के लिए साडा विरसा तुसी सांभ के रखा सो तुसी उस मुबारकबाद के हकदार भी हो शुक्रिया सो मैं थोड़ा जो होमवर्क करके आई क्योंकि मेनू मेरे मन च चाह ही जिन्ना सी कि साडे वेड़े इन्नियां खूबसूरत पर्सनैलिटीज आ रही ने किताबां दा शौक मैं देखिया कि मनमोहन वारिस जी ने भी एक इंटरव्यू दे विच दस्या फिर कमल हीर जी ने भी दस्या ते संतार जी डेफिनेटली असीं थोड़े तो भी जानना चाहवांगे कि बचपन दे विच शौक सी या फिर अजकल अगर जे असीं देखिए ना कि कहिंदे कि पढ़ना जरूरी है जे तुसीं चंगा लिखना चाहुंदे हो या फिर जदों आर्टिस्ट भी परफॉर्म करदा ते जे उहदे कोल चंगी शब्दावली है ते उसनूं याद भी रख्या जांदा सो किताबां दा शौक किवें आया परिवार दे विच किताबां पढ़ियां जांदियां सी या फिर गायकी नूं लैके शौक सी किताबां पढ़न दा जां कुछ भी पर इह गल इह आ कई वारी आपां की करदे आ कि इस गल नूं तगमा समझ के नहीं तुरना चाहीदा मैं जी किताबां बहुत पढ़दा फिर पढ़दा हो कोई इदां तां लोकां ने डबल पीएचडियां कीतियां कईआं ने बहुत बड़बड़ियां डिग्रियां कीतियां आ हर एक किताब पढ़ी उह नहीं गल हुंदी जदों असीं कहिंदे आ कि सानूं किताबां पढ़न दा शौक आ जां कुछ उह सिर्फ तुसीं गल सही कीती आ अपनी क्रियोसिटी नूं जिंदा रखण दा जिहड़ा इक साधन आ तुसीं कुछ ना कुछ अपने विच इनपुट पाई जाओ बस यही गल आ होर किताबां तां उत्थे असीं किहड़ा किते गिणती रखणी आ कि इन्नियां मैं पढ़ लईआं हुण तुसीं दस्सो किन्नियां पढ़ियां कोई मुकाबला थोड़ा होवे इहदे विच उह शौक होणा चाहीदा ते जिहड़ियां आम तौर ते जिहड़े लेखक ने लोक किसे भी भाषा दे उह बहुत सियाणे हुंदे आ जिहड़ा आम बंदा गल करदा उहने अपनी गल करी जाणी आ कोई उहने कहना यार मैं सवेरे लेट हो गया मैं सवेरे चाह पीती साडे मुंडे दे पैर च कंडा लग गया उह इदां दीआं गल्लां होणियां पर जिहड़ा इक लेखक आ उहने उसे ही गल नूं लैणा ते उहनूं थोड़ा जिहा उहदा निचोड़ कढ के उहदी इक इक चीज़ ऐसी बना देनी है कि उह साडे मन दे विच उस गल नूं याद रखण दा इक साधन बन जांदी है जिद्दां हुण असीं पुराणी पंजाबी देखणी होवे असीं 15वीं सदी दी पंजाबी देखणी होवे 16वीं सदी दी पंजाबी देखणी होवे असीं अपने पड़दादे नूं जां नकड़दादे नूं फोन तां नहीं कर सकदे कि तुसीं किद्दां बोलदे सी असीं उह पढ़ इसे तरीके नाल जिहड़े अज दे साडे लेखक ने उह अज दा सांभ रहे आ ते किसे भी चीज़ नूं देखणा होवे सानूं किताबां विच्चों मिल जांदा ते उह बड़े सियाणे लोकां दीआं सोचां हुंदीआं पर ए शौक होना चाहिए था, पर जिदा मैं कहा कि कोई कोई टोर वाली गल नहीं है अपना अपना किताबां पढ़न दे मामले दे विच क्योंकि वैसे सोशल मीडिया दे विच बहुत कुछ हो रहा देखण नूं ना प्रेफर करदे ने ते इसलिए मेरा जरूर ए सवाल करना बनदा सी शायद साडी यंग जनरेशन वालों भी कि ਜਦੋਂ ਕੋਈ ਆਰਟਿਸਟ ਇੱਕ ਲੈਵਲ ਤੇ ਪਹੁੰਚ ਜਾਂਦਾ ਹੈ ਤੇ ਉਹਦਾ ਜਦੋਂ ਇੰਟਰਸਟ ਦਾ ਪਤਾ ਲੱਗਦਾ ਤੇ ਉਹ ਕਿਤੇ ਨਾ ਕਿਤੇ ਸਾਡੇ ਮਨ ਤੇ ਵੀ ਅਸਰ ਕਰਦੀ ਹੈ ਕਿਵੇਂ ਵੱਡੇ ਸ਼ਾਇਰਾਂ ਨੂੰ ਇਹਨਾਂ ਨੇ ਪੜ੍ਹਿਆ ਸੋ ਇਸ ਲਈ ਮੈਨੂੰ ਸੀਗਾ ਕਿ ਬਚਪਨ ਤੋਂ ਹੀ ਸ਼ੌਕ ਹੈ ਕਿਤਾਬਾਂ ਦਾ ਜਾਂ ਫਿਰ ਸਿਰਫ ਨਹੀਂ ਇਹ ਤੁਸੀਂ ਇੱਕ ਹੋਰ ਵੀ ਗੱਲ ਬਹੁਤ ਵਧੀਆ ਕੀਤੀ ਹੈ ਪੰਜਾਬੀ ਦੀ ਪ੍ਰੋਬਲਮ ਨਹੀਂ ਹੈਗੀ ਸਾਰੀ ਦੁਨੀਆ ਦੀ ਜਿਹੜੀ ਪਹਿਲਾਂ ਅਸੀਂ ਦੇਖਦੇ ਸੀ 3 ਘੰਟੇ ਦੀਆਂ ਫਿਲਮਾਂ ਹਾਂਜੀ ਉਹਦੇ ਵਿੱਚ ਨਾਵਲ ਵੀ ਸਾਰਾ ਆ ਜਾਂਦਾ ਸੀ ਫਿਰ ਉਹ 1.5 ਘੰਟੇ ਦੀਆਂ ਹੋ ਗਈਆਂ ਤੇ ਫਿਰ ਲੋਕ ਥੋੜੀਆਂ ਚੀਜ਼ਾਂ ਪਾਉਣ ਲੱਗ ਪਏ ਯੂਟਿਊਬ ਤੇ 1.5 ਘੰਟੇ ਦੀਆਂ ਕੋਈ 10 ਮਿੰਟ ਦੀ ਬਣਾ ਕੇ ਪਾਉਣ ਲੱਗ ਪਿਆ ਤੇ ਹੁਣ ਹੋ ਗਿਆ ਜੀ 30 ਸਕਿੰਟ ਦੀ 15 ਸਕਿੰਟ ਦੀ ਅਸੀਂ ਜਿਹੜਾ ਆਪਣਾ ਅਟੈਂਸ਼ਨ ਸਪੈਨ ਬਹੁਤ ਘਟਾ ਲਿਆ ਤੇ ਇਸੇ ਤਰੀਕੇ ਨਾਲ ਕੁਕਿੰਗ ਆ ਤੁਸੀਂ ਦੇਖੋ ਟੀਵੀ ਦੇ ਉੱਤੇ ਕੁਕਿੰਗ ਸ਼ੋਅ ਆ ਰਹੇ ਆ 15 ਮਿੰਟ ਡਿਨਰ ਐਂਡ 15 ਮਿੰਟਸ ਹਨਾ ਪਰ ਤੁਸੀਂ ਕੋਈ ਸਵਾਦ ਚੀਜ਼ ਦੱਸਦੇ ਹੋ 4 ਘੰਟੇ ਤੋਂ ਘੱਟ ਨਹੀਂ ਬਣਦੀ ਕੋਈ ਮੈਂ ਤਾਂ ਅੱਗੇ ਸ਼ੁਗਲ ਕਰਦਾ ਹੁੰਦਾ ਸੀ ਮੈਂ ਕਿਹਾ ਸ਼ੋਅ ਬਣਾਈਏ 4 ਆਵਰ ਕੁਕਿੰਗ ਸ਼ੋਅ ਉਹੀ ਡਿਸ਼ਾਂ ਦੱਸੋ ਜਿਹੜੀਆਂ 4 ਘੰਟੇ ਚ ਬਣਦੀਆਂ ਸੋ ਆਪਾਂ ਤੇਜ਼ ਤੋਂ ਤੇਜ਼ ਤਾਂ ਕਰੀ ਜਾਂਦੇ ਹਾਂ ਤੇ ਉਹ ਕੰਪਨੀਆਂ ਨੂੰ ਨਾ ਵਿੱਚ ਚੀਜ਼ਾਂ ਚੋਂ ਫਾਇਦਾ ਪਰ ਚੀਜ਼ ਜਿਹੜੀ ਅਸਲੀ ਨਿਕਲਣਾ ਤੱਤ ਨਿਕਲਣਾ ਉਹ ਤਾਂ ਸਮਾਂ ਲਾ ਕੇ ਹੀ ਨਿਕਲਣਾ ਤੇ ਗੱਲ ਕਰੀਏ ਪੰਜਾਬੀ ਵਿਰਸੇ ਦੀ ਵਰਸਟੈਲਿਟੀ ਨੂੰ ਲੈ ਕੇ ਇਹ ਇੱਕ
ਮੈਨੂੰ ਲੱਗਦਾ ਕਿ ਬੜਾ ਹੀ ਔਖਾ ਕੰਮ ਹੈ ਆਪਣੀ ਇੱਕ ਜੋ ਸਾਡੀ ਯੂਨੀਕਨੈਸ ਹੈ ਉਸਨੂੰ ਕਾਇਮ ਰੱਖਣਾ, ਕਿਉਂਕਿ 3 ਦਹਾਕੇ ਦਾ ਅਗਰ ਤੁਹਾਡਾ ਸਫ਼ਰ ਦੇਖੀਏ, ਮੇਰੇ ਪਿਤਾ ਜੀ ਬਹੁਤ ਵੱਡੇ ਫੈਨ ਨੇ, ਬਹੁਤ ਸੁਣਦੇ ਨੇ, ਤੇ ਜਦੋਂ ਘਰ ਦੇ ਵਿੱਚ ਜਿੱਦਾਂ ਦਾ ਮਿਊਜ਼ਿਕ ਚੱਲਦਾ ਹੋਵੇ ਬੱਚੇ ਦਾ ਰੁਝਾਨ ਵੀ ਉਵੇਂ ਦਾ ਹੁੰਦਾ ਤੇ ਅਸੀਂ ਵੀ ਸੁਣਦੇ ਤੇ ਅੱਜ ਵੀ ਸੁਣਦੇ ਹਾਂ। ਸੋ ਮੇਰੇ ਲਈ ਇੱਕ ਬਹੁਤ ਖੂਬਸੂਰਤ ਪਲ ਹੈ ਕਿ ਅੱਜ ਮੈਂ ਤੁਹਾਡੇ ਨਾਲ ਬੈਠ ਕੇ ਗੱਲਾਂ ਬਾਤਾਂ ਕਰ ਰਹੀ, ਮੇਰਾ ਪਰਿਵਾਰ ਵੀ ਜ਼ਰੂਰ ਦੇਖ ਰਿਹਾ। ਸੋ ਇਸਨੂੰ ਕਾਇਮ ਰੱਖਣਾ, ਕਿਉਂਕਿ ਹਰ ਤਰ੍ਹਾਂ ਦਾ ਦੌਰ ਆਇਆ, ਬਹੁਤ ਸਾਰੇ ਆਰਟਿਸਟ ਨੇ ਆਪਣਾ ਉਸ ਤਰੀਕੇ ਦੇ ਗਾਣੇ ਗਾਉਣੇ ਸ਼ੁਰੂ ਕੀਤੇ ਜਿਸ ਤਰੀਕੇ ਨਾਲ ਉਹ ਹਿੱਟ ਹੋ ਸਕਣ, ਪਰ ਜੇ ਅਸੀਂ ਵਾਰਿਸ ਭਰਾਵਾਂ ਦੀ ਗੱਲ ਕਰੀਏ ਤੇ ਇਸ ਵਰਸਟੈਲਿਟੀ ਨੂੰ ਕਿੱਦਾਂ ਕਾਇਮ ਰੱਖਿਆ ਗਿਆ। ਮੈਨੂੰ ਵਾਰਿਸ ਜੀ, ਅਸੀਂ ਤੁਹਾਡੇ ਤੋਂ ਜ਼ਰੂਰ ਪੁੱਛਣਾ ਚਾਹਾਂਗੇ ਕਿ ਖਾਸ ਐਸਾ ਮਤਲਬ ਕਿਸ ਗੱਲ ਨੂੰ ਮੁੱਖ ਰੱਖਿਆ ਗਿਆ। ਮੁੱਖ ਜਿਹੜਾ ਤੁਸੀਂ ਪਹਿਲਾਂ ਗੱਲ ਕੀਤੀ ਆ ਕਿ ਬਚਪਨ ਤੋਂ ਅਸੀਂ ਵਧੀਆ ਪੜ੍ਹਿਆ, ਵਧੀਆ ਸੁਣਿਆ, ਸੰਗੀਤ ਸਿੱਖਿਆ, ਤੇ ਸਾਰਿਆਂ ਤੋਂ ਪਹਿਲਾਂ ਕਿਉਂਕਿ ਸਾਡੇ ਘਰ ਦੇ ਵਿੱਚ ਕੋਈ ਮਸ਼ਹੂਰ ਨਹੀਂ ਸੀਗਾ ਗਾਇਕ ਜਾਂ ਕੁਛ, ਖੇਤੀਬਾੜੀ ਕਰਦੇ ਸੀ, ਦੇਸੀ ਜੱਟ ਸੀ ਸਾਡੇ ਪਿਤਾ ਜੀ, ਪਰ ਸਾਹਿਤ ਨਾਲ ਬਹੁਤ ਪਿਆਰ ਸੀ। ਸੋ ਜਿਹੜਾ ਅਸੀਂ ਮਿਊਜ਼ਿਕ ਸਿੱਖਦੇ ਸੀ, ਸਾਨੂੰ ਇਹ ਥੋੜ੍ਹਾ ਪਤਾ ਸੀ ਵੀ ਮਸ਼ਹੂਰੀ ਕੀ ਹੁੰਦੀ ਆ, ਜਾਂ ਮੈਂ ਆਪਣੇ ਚਾਚੇ ਵਰਗਾ ਬਣਨਾ ਜਾਂ ਆਪਣੇ ਪਿਤਾ ਵਰਗਾ ਮਸ਼ਹੂਰ ਗਾਇਕ ਬਣਨਾ। ਸਿਰਫ ਸੰਗੀਤ ਨਾਲ ਪਿਆਰ ਸੀ, ਅੱਛੀ ਸ਼ਾਇਰੀ ਗਾਇਕੀ ਨਾਲ ਪਿਆਰ ਸੀ। ਤੇ ਜਦੋਂ ਉਹਨੂੰ ਅਸੀਂ ਕਮਰਸ਼ਲਾਈਜ਼ ਕੀਤਾ ਕਿ ਮਾਰਕੀਟ 'ਚ ਗਾਉਣ ਲੱਗੇ, ਤਾਂ ਜਿਹੜੇ ਬਚਪਨ ਵਿੱਚ ਸੰਸਕਾਰ ਬਣ ਗਏ ਸੀ ਉਹ ਨਹੀਂ ਅਸੀਂ ਛੱਡੇ, ਉਹ ਸਾਨੂੰ ਮਾਂ ਬਾਪ ਨੇ ਪਾਲਿਆ ਹੀ ਇਸ ਤਰ੍ਹਾਂ ਤਿੰਨਾਂ ਭਰਾਵਾਂ ਨੂੰ ਕਿ ਅਸੀਂ ਉਹਨੂੰ ਮਾਰਕੀਟ ਦੇ ਵਿੱਚ ਵੀ ਲੈ ਕੇ ਗਏ ਪਰ ਉਹਦਾ ਇੱਕ ਲੈਵਲ ਬਣਾ ਕੇ ਰੱਖਿਆ। ਤੇ ਉਹਦੀ ਦੂਜੀ ਕਿਰਪਾ ਪਰਮਾਤਮਾ ਦੀ ਤਾਂ ਸਾਡੇ ਸਰੋਤਿਆਂ ਦੀ ਹੋ ਗਈ, ਉਹ ਇਹ ਹੋ ਗਈ ਕਿ ਜਿੱਦਾਂ ਦੀ ਸਾਡੀ ਸੋਚ ਸੀ, ਜਿੱਦਾਂ ਦੇ ਅਸੀਂ ਗਾਣੇ ਗਾਉਂਦੇ ਸੀ, ਉੱਦਾਂ ਦੇ ਸਰੋਤੇ ਸਾਡੇ ਨਾਲ ਜੁੜਦੇ ਗਏ। ਕਿਉਂਕਿ ਮਾਰਕੀਟ 'ਚ ਤੁਸੀਂ ਜਿੱਦਾਂ ਦਾ ਨਾ ਸਮਾਨ ਲੈ ਕੇ ਆਓ ਉੱਦਾਂ ਦੇ ਗਾਹਕ ਮਿਲ ਜਾਂਦੇ ਆ। ਹਰੇਕ ਜੀ ਨਸ਼ਾ ਪੰਜਾਬ 'ਚ ਕਿੰਨਾ ਰੌਲਾ ਪਾਉਂਦੇ ਆ ਵੀ ਵਿਕਦਾ ਬਹੁਤ ਜ਼ਿਆਦਾ ਆ, ਹਨਾ, ਪਰ ਦੁੱਧ ਵੀ ਕਹਿੰਦੇ ਬਹੁਤ ਵਿਕਦਾ ਆ, ਹਨਾ, ਤੇ ਔਰਗੈਨਿਕ ਦੇ ਵੀ ਬਹੁਤ ਗਾਹਕ ਹੈਗੇ ਆ, ਹਨਾ, ਤੇ ਸਾਗ ਵੀ ਵੇਚਣ ਵਾਲੇ ਆਉਂਦੇ ਆ, ਹਨਾ, ਤੇ ਚਿੱਟਾ ਵੀ ਵੇਚ ਰਹੇ ਆ। ਸੋ ਸਾਰਾ ਕੁਛ ਉਹਦੇ ਗਾਹਕ ਵੀ ਹਰੇਕ ਚੀਜ਼ ਦੇ ਹੈਗੇ ਆ। ਸੋ ਜਿਹੜਾ ਸਾਡਾ ਸਮਾਨ ਸੀ ਔਰਗੈਨਿਕ ਸੀਗਾ, ਉਹਨੂੰ ਸਾਡੇ ਉੱਦਾਂ ਦੇ ਗਾਹਕ ਪੱਕੇ ਲੱਗ ਗਏ ਸਾਡੇ ਨਾਲ। ਤੇ ਉਹ ਇੱਕ ਮੰਗਲ ਹਠੂਰ ਹੋਣਾ ਦਾ ਸੀ ਗਾਣਾ, ਤਿੰਨਾਂ ਭਰਾਵਾਂ ਨੇ ਇਕੱਠਿਆਂ ਨੇ ਗਾਇਆ ਸੀ। ਉਹਦੀਆਂ ਆਖਰੀ ਲਾਈਨਾਂ ਆਉਂਦੀਆਂ ਕਿ ਲੱਖਾਂ ਖੁਸ਼ੀਆਂ ਹੰਢਾਉਣ ਸਾਡੇ ਜਿੰਨੇ ਵੀ ਸਰੋਤੇ, ਸਾਰੀ ਜ਼ਿੰਦਗੀ ਲਈ ਮੰਗਲਾ ਜੋ ਨਾਲ ਨੇ ਖਲੋਤੇ। ਸੋ ਜਿੱਦਾਂ ਤੁਸੀਂ ਆਪਣੇ ਪਿਤਾ ਜੀ ਦਾ ਜ਼ਿਕਰ ਕੀਤਾ ਤੇ ਹੁਣ ਤੁਸੀਂ ਅੱਗੇ ਸੁਣ ਰਹੇ ਆ, ਅੱਗੇ ਤੁਹਾਡੇ ਬੱਚੇ ਛੋਟੇ ਜਿਹੜੇ ਉਹ ਟੀਨੇਜਰ ਜਿਹੜੇ ਸਾਡੇ ਨਿਆਣੇ ਆ, ਹੁਣ ਪਹਿਲਾਂ ਇੱਥੇ ਅਸੀਂ ਆਸਟ੍ਰੇਲੀਆ ਵਿੱਚ ਇੱਕ ਨਵਾਂ ਪੰਜਾਬ ਬਣਦਾ ਵੇਖਿਆ ਸੀ, ਬਹੁਤ ਨੌਜਵਾਨ ਜੰਗ ਉਮਰ ਦੇ ਆਏ ਸੀ, ਹੁਣ ਉਹ ਸਾਰੇ ਪਰਿਵਾਰਾਂ ਵਾਲੇ ਬਹੁਤੇ ਹੀ ਹੋ ਗਏ ਆ ਉਹਨਾਂ ਚੋਂ। ਹੁਣ ਉਹੀ ਚੀਜ਼ ਰਿਪੀਟ ਹੋ ਰਹੀ ਆ ਕੈਨੇਡਾ ਦੇ ਵਿੱਚ, ਉਹ ਸਾਰੇ ਪਲੱਸ ਟੂ ਕਰਕੇ ਆ ਰਹੇ ਆ ਇਸ ਵੇਲੇ, ਉਹ 18-19-20 ਸਾਲ ਦੇ ਸਾਰੇ ਬੱਚੇ ਆ। 2 ਲੱਖ ਪੰਜਾਬੀ ਬੱਚਾ, ਕੁੜੀਆਂ ਮੁੰਡੇ ਪਿਛਲੇ 3 ਸਾਲ 'ਚ ਕੈਨੇਡਾ 'ਚ ਆ ਗਏ ਆ। ਤੇ ਹੁਣੇ ਹੁਣੇ ਜਿੱਦਾਂ ਕਮਲਹੀਰ ਕਹਿੰਦੇ ਅਸੀਂ 13 ਸ਼ੋਅ ਕਰਕੇ ਆਏ ਹਾਂ, ਉਹਦੇ ਵਿੱਚ ਸਾਡੀ ਜਿਹੜੀ ਗਿਣਤੀ ਸੀਗੀ ਉਹ ਦੁੱਗਣੀ ਹੋਈ ਹਰੇਕ ਸ਼ੋਅ ਵਿੱਚ, ਕਿਉਂਕਿ ਸ਼ੋਅ ਤਾਂ ਸਾਡੇ ਪਹਿਲਾਂ ਹੀ ਭਰਦੇ ਸੀ। ਅਸੀਂ ਐਤਕੀ ਹੋਰ ਹਾਲ ਕੀਤੇ, ਨਵੀਆਂ ਜਗ੍ਹਾ ਕੀਤੀਆਂ, ਤੇ ਉਹਨਾਂ ਵਿੱਚ 50% ਉਹ ਟੀਨੇਜਰ ਜਾਂ 20-22 ਸਾਲ ਦੇ ਨੌਜਵਾਨ ਮੁੰਡੇ ਕੁੜੀਆਂ ਆਏ। ਉਹ ਸਾਡੀ ਗਾਇਕੀ ਉਹ ਵੀ ਆਪਣੇ ਮਾਂ ਬਾਪ ਨੂੰ ਦੇਖ ਕੇ ਜਾਂ ਸਾਡੀਆਂ ਪੁਰਾਣੀਆਂ ਚੀਜ਼ਾਂ ਸੁਣ ਕੇ, ਤੇ ਉਹ ਕਿਉਂਕਿ ਜਿਹੜੇ ਨੌਜਵਾਨ ਉਹ ਵੀ ਸਾਰੇ ਸਾਨੂੰ ਨਹੀਂ ਸੁਣਨ ਵਾਲੇ ਹੋ ਸਕਦੇ, ਹਨਾ, ਕਈ ਹੋਰ ਕਿਸੇ ਨੂੰ ਸੁਣਦੇ ਆ, ਪਰ ਜਿਹੜੇ ਸਾਡੀ ਗਾਇਕੀ ਨੂੰ ਪਸੰਦ ਕਰਦੇ ਆ ਉਹਨਾਂ ਨੇ ਸਾਨੂੰ ਇਸ ਕਦਰ ਉਤਸ਼ਾਹ ਦੇ ਕੇ, ਹੌਸਲਾ ਦੇ ਕੇ ਰੱਖਿਆ ਕਿ ਸਾਡਾ ਜਿਹੜਾ ਸਟਾਈਲ ਆ, ਸਾਡੀ ਜਿਹੜੀ ਸੋਚ ਵਾ, ਸਾਡੇ ਗੀਤਾਂ ਦੇ ਸਬਜੈਕਟ ਵਾ, ਸਾਡੀ ਗਾਇਕੀ ਦਾ ਜਿਹੜਾ ਹੈਗਾ ਡੂੰਘਾਈ, ਉਹ ਘੱਟ ਨਹੀਂ ਹੋਈ ਕਦੇ ਵੀ। ਉਹ ਸਰੋਤਿਆਂ ਨੂੰ, ਪਰਮਾਤਮਾ ਨੂੰ ਇਸ ਚੀਜ਼ ਦਾ ਕ੍ਰੈਡਿਟ ਜਾਂਦਾ। ਤੇ ਉਹੀ ਚੀਜ਼ ਅਸੀਂ ਕੱਲ ਨੂੰ ਲੈ ਕੇ ਆ ਰਹੇ ਹਾਂ, ਤੇ ਪਰਿਵਾਰਾਂ ਸਮੇਤ ਇੱਕ ਮੇਲੇ ਦਾ ਰੂਪ ਹੋਣਾ ਕੱਲ ਨੂੰ, ਤਾਂ ਪਰਿਵਾਰਾਂ ਸਮੇਤ ਸਾਰੇ ਸੱਜਣ ਪਹੁੰਚਣ ਉੱਥੇ। ਜਿੱਦਾਂ ਹਾਊਸ ਆਫ ਭੰਗੜਾ ਦਾ ਜ਼ਿਕਰ ਕੀਤਾ ਕਮਲਹੀਰ ਹੋਣਾ ਨੇ, ਇੱਕ ਹੋਰ ਸੰਸਥਾ ਵੀ ਵਿੱਚ ਇਨਵੋਲਵ ਆ, ਗਲੈਡੀਏਟਰ ਸਪੋਰਟਸ ਐਂਡ ਕਲਚਰਲ ਕਬੱਡੀ ਕਲੱਬ, ਉਹਨਾਂ ਨੇ ਵੀ ਬਹੁਤ ਸਾਥ ਦਿੱਤਾ ਨਾਲ। ਪਹਿਲਾਂ ਇੱਕ ਕਬੱਡੀ ਦਾ ਮੈਚ ਬੱਚਿਆਂ ਦੇ ਉਤਸ਼ਾਹ ਲਈ ਕਰਾਇਆ ਜਾਣਾ ਕਿ ਸਿਹਤ ਨੂੰ, ਖਾਧੀਆਂ ਖੁਰਾਕਾਂ ਕੰਮ ਆਉਣੀਆਂ, ਜਿੱਦਾਂ ਗੀਤ ਹੈ ਸਾਡਾ, ਤੇ ਉਹ ਤੋਂ ਬਾਅਦ ਬੱਚਿਆਂ ਦਾ, ਛੋਟਿਆਂ ਦਾ ਭੰਗੜਾ ਵੀ ਹੋਣਾ। ਸੋ ਇੱਕ ਪੂਰਾ ਕਲਚਰਲ ਪ੍ਰੋਗਰਾਮ, ਬਾਅਦ 'ਚ ਸਾਡਾ ਤਾਂ ਫਿਰ ਘੰਟਿਆਂ ਬੱਧੀ ਪ੍ਰੋਗਰਾਮ ਹੋਣਾ। ਸੋ ਸਾਰਿਆਂ ਨੂੰ ਬੇਨਤੀ ਆ, 3 ਵਜੇ ਪਹੁੰਚ ਜਾਓ ਤਾਂ ਕਿ ਬਹੁਤ ਟਾਈਮ ਨਾਲ ਸਾਰਾ ਸ਼ੋਅ ਨੇਪਰੇ ਚੜੇ, ਤੇ ਇੱਕ ਪਰਿਵਾਰਕ ਮਾਹੌਲ, ਇੱਕ ਪੰਜਾਬੀਅਤ ਦਾ ਮਾਹੌਲ, ਇੱਕ ਮੇਲੇ ਦਾ ਮਾਹੌਲ ਕੱਲ ਨੂੰ ਅਸੀਂ ਪੇਸ਼ ਕਰਦੇ ਹਾਂ 3 ਭਰਾ, ਜਿਹੜਾ ਬਹੁਤ ਦੇਰ ਤੱਕ ਚੇਤਿਆਂ 'ਚ ਯਾਦ ਰਹੂਗਾ ਇਹੋ ਜਿਹਾ ਸ਼ੋਅ ਲੈ ਕੇ। ਬਿਲਕੁਲ, ਤੁਸੀਂ ਗੱਲ ਕੀਤੀ ਬਹੁਤ ਦੇਰ ਤੱਕ ਚੇਤਿਆਂ ਨੂੰ ਯਾਦ ਰਹੂਗਾ, ਮੈਨੂੰ ਲਾਸਟ ਸ਼ੋਅ ਯਾਦ ਹੈ ਬਿਲਕੁਲ, ਤੇ ਉਹਦਾ ਚਾ ਅੱਜ ਵੀ ਮਨ 'ਚ ਹੈ। 3 ਸਾਲ ਹੋ ਗਏ ਉਹਨੂੰ, ਸਾਨੂੰ ਗੈਪ ਪੈ ਗਿਆ ਕੋਵਿਡ ਕਰਕੇ, ਹਾਂਜੀ, ਨਹੀਂ ਤਾਂ ਹਰੇਕ 2 ਸਾਲ ਬਾਅਦ ਅਸੀਂ ਆਉਂਦੇ ਹਾਂ ਤੁਹਾਡੇ।
ਸੋ ਮੇਲੇ ਦਾ ਮਾਹੌਲ ਬਿਲਕੁਲ ਬਹੁਤ ਸੋਹਣਾ ਹੋਣ ਵਾਲਾ ਹੈ ਤੇ ਮੈਂ ਰਿਕੁਐਸਟ ਕਰੂੰਗੀ ਸਾਰੇ ਪੇਰੈਂਟਸ ਨੂੰ ਕਿ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਇਓ ਕਿਉਂਕਿ ਮੇਰੇ ਪਰਿਵਾਰ ਦੇ ਸਾਰੇ ਬੱਚੇ ਆ ਰਹੇ ਕਿਉਂਕਿ ਇਹੀ ਇੱਕ ਤਰੀਕਾ ਜਿਸ ਨਾਲ ਅਸੀਂ ਆਪਣੇ ਬੱਚਿਆਂ ਨੂੰ ਜੋੜ ਸਕਦੇ ਹਾਂ ਜੋ ਦੇਖਣਗੇ ਜੋ ਸੁਣਨਗੇ ਉਹਨਾਂ ਦੇ ਉਵੇਂ ਦਾ ਹੀ ਮਨ ਬਣਦਾ ਸੋ ਕਮਲ ਹੀਰ ਜੀ ਮੈਂ ਲਾਸਟ ਮੇਲੇ ਦੀ ਜਦੋਂ ਮੈਂ ਗੱਲ ਕਰਾਂ ਜੀ ਮੈਂ ਦੇਖਿਆ ਸੀ ਤੁਸੀਂ ਸਟੇਜ ਬਹੁਤ ਸੋਹਣਾ ਪਰਫੋਰਮ ਕਰਦੇ ਹੋ ਭੰਗੜੇ ਨੂੰ ਲੈ ਕੇ ਜਿੰਨਾ ਸੋਹਣਾ ਗਾਉਂਦੇ ਹੋ ਓਨਾ ਸੋਹਣਾ ਭੰਗੜਾ ਵੀ ਆ ਬਚਪਨ ਦੇ ਵਿਚ ਮੈਂ ਦੇਖੀ ਜਾਂਦਾ ਕਿ ਮੈਨੂੰ ਬਲੌਕ ਕਰਦਾ ਹੈ ਹਨਾ ਬਚਪਨ ਦੇ ਵਿਚ ਮੈਨੂੰ ਬਿਲਕੁਲ ਸ਼ੌਕ ਨਹੀਂ ਸੀਗਾ ਭੰਗੜਾ ਪਾਉਣ ਦਾ ਮੈਂ ਇਹ ਗੱਲ ਵੀ ਕਰਦਾ ਹੁੰਦਾ ਸਟੇਜ ਤੇ ਕਿ 4 ਵਜੇ ਜਗਾ ਦਿੰਦੇ ਹੁੰਦੇ ਸੀ ਮੈਨੂੰ ਸਵੇਰੇ ਅਸੀਂ ਸਾਰੇ ਤਿੰਨੋ ਹੀ ਭਰਾ ਜਾਗਦੇ ਸੀ ਸਵੇਰ ਨੂੰ 4 ਵਜੇ ਉੱਠਣਾ ਉਸ ਵੇਲੇ ਉੱਠ ਕੇ ਸੰਗੀਤ ਦੀ ਤਪੱਸਿਆ ਕਰਨੀ ਕਲਾਸੀਕਲ ਸਾਨੂੰ ਸਿਖਾਉਂਦੇ ਸੀ ਜਿਹੜੇ ਪੱਕੇ ਰਾਗ ਜਿਹਨਾਂ ਨੂੰ ਕਹਿ ਦਿੰਦੇ ਆ ਕਿ ਅਸੀਂ 4 ਵਜੇ ਉੱਠ ਕੇ ਤੇ ਸਾਡੀ ਮੰਮੀ ਜੀ ਨੇ ਮਾਤਾ ਜੀ ਨੇ ਬੀਬੀ ਜੀ ਅਸੀਂ ਕਹਿੰਦੇ ਹਾਂ ਉਹ ਮਧਾਣੀ ਰਿੜਕਣੀ ਉਹ ਇਲੈਕਟ੍ਰਿਕ ਨਹੀਂ ਹੁੰਦੇ ਸੀ ਉਹ ਜਿਹੜੇ ਰੱਸੀ ਪਾਈ ਹੁੰਦੀ ਸੀ ਹਾਂ ਤੇ ਉਹ ਉਹਨਾਂ ਨੇ ਦੁੱਧ ਰਿੜਕਣ ਲੱਗ ਪੈਣਾ ਤੇ ਅਸੀਂ ਆਪਣਾ ਰਿਆਜ਼ ਕਰਨਾ ਉਹ ਤੋਂ ਬਾਅਦ ਅਸੀਂ ਗਾ ਕੇ ਫਿਰ ਰਿਆਜ਼ ਕਰਕੇ ਫਿਰ ਅਸੀਂ ਜਾ ਕੇ ਆਪਣੇ ਖੂਹ ਤੇ ਕੰਮ ਕਰਨੇ ਪੱਠੇ ਪਾਣੇ ਪਸ਼ੂਆਂ ਨੂੰ ਸਾਰਾ ਕੁਛ ਕਰਕੇ ਫਿਰ ਅਸੀਂ ਸਕੂਲੇ ਜਾਣਾ ਫਿਰ ਸਕੂਲੋਂ ਆ ਕੇ ਫਿਰ ਅਸੀਂ ਘਰ ਆ ਕੇ ਫਿਰ ਅਸੀਂ ਰਿਆਜ਼ ਕਰਨਾ ਇਹੀ ਸਾਡਾ ਹੁੰਦਾ ਸੀ ਅਸੀਂ ਕਿਸੇ ਨਾਲ ਖੇਲਣਾ ਵੀ ਨੀ ਕੋਈ ਗੇਮ ਵੀ ਨੀ ਕੀਤੀ ਉਹਦੇ ਵਿੱਚ ਇੰਨੇ ਘੰਟੇ ਪਾ ਦਿੱਤੇ ਸੰਗੀਤ ਦੇ ਵਿੱਚ ਕਲਾਸੀਕਲ ਦੇ ਵਿੱਚ ਸ਼ਾਇਰੀ ਆਪ ਲਿਖਣੀ ਹੋਰ ਜ਼ਬਾਨਾਂ ਦਾ ਮੁਤਾਲਿਆ ਕਰਨਾ ਉਹਨਾਂ ਨੂੰ ਸਿੱਖਣਾ ਸਾਰਾ ਕੁਛ ਕਰਨਾ ਸਾਨੂੰ ਘਰ ਦੇ ਵਿੱਚ ਤਾਲੀਮ ਮਿਲਦੀ ਸੀਗੀ ਤੇ ਉਹਦੇ ਵਿੱਚ ਅਸੀਂ ਸਾਰਾ ਕੁਛ ਕਰ ਦਿੱਤਾ ਫਿਰ ਜਦੋਂ ਮਨਮੋਹਨ ਭਾਜੀ ਗਾਉਣ ਲੱਗੇ ਤੇ ਫਿਰ ਮੈਂ ਆਪਣੇ ਭਰਾਵਾਂ ਤੋਂ ਬਹੁਤ ਸਿੱਖਿਆ ਸੰਗੀਤ ਜ਼ਿਆਦਾ ਇਹਨਾਂ ਤੋਂ ਸਿੱਖਿਆ ਸਾਰਾ ਕੁਛ ਇਹਨਾਂ ਤੋਂ ਸਿੱਖਿਆ ਮੈਂ ਤਾਂ ਪਰਛਾਵਾਂ ਇਹਨਾਂ ਦਾ ਤੇ ਫਿਰ ਉਹ ਜਿਸ ਵੇਲੇ ਮੈਂ ਗਾਉਣ ਲੱਗਾ ਗਾਉਣਾ ਸੀ ਤੇ ਮੇਰੇ ਭਰਾਵਾਂ ਨੇ ਮੈਨੂੰ ਇਹ ਕਿਹਾ ਕਿ ਤੂੰ ਮਨਮੋਹਨ ਭਾਜੀ ਵਾਂਗੂ ਗਾ ਰਿਹਾ ਤੇਰੀ ਆਵਾਜ਼ ਵੀ ਉਹੀ ਆ ਸਾਰਾ ਕੁਛ ਤੈਨੂੰ ਕੋਈ ਕਿਉਂ ਸੁਣੂਗਾ ਤੂੰ ਅਲੱਗ ਚਾਹੀਦਾ ਆ ਤੇਰੀ ਆਵਾਜ਼ ਅਲੱਗ ਹੋਵੇ ਤੇਰਾ ਅੰਦਾਜ਼ ਅਲੱਗ ਹੋਵੇ ਤੇਰੀ ਗੱਲਬਾਤ ਦਾ ਤਰੀਕਾ ਅਲੱਗ ਹੋਵੇ ਤੂੰ ਆਪਣੇ ਆਪ ਨੂੰ ਆਪ ਅਲੱਗ ਕਰ ਮੈਂ ਉਹ ਚੀਜ਼ਾਂ ਤੇ ਵਰਕ ਕਰ ਕਰਕੇ ਫਿਰ ਕਰ ਕਰਕੇ ਫਿਰ ਨਾਲ ਮਤਲਬ ਡਾਂਸ ਦੀ ਪ੍ਰੈਕਟਿਸ ਕੀਤੀ ਫਿਰ ਮੈਂ ਆਪਣੀਆਂ ਅਦਾਵਾਂ ਨੂੰ ਵੇਖਿਆ ਕਿਉਂਕਿ ਕਈ ਲਫ਼ਜ਼ ਸੁਣਨ ਵਾਲੇ ਹੁੰਦੇ ਕਈ ਅਦਾਵਾਂ ਵੇਖਣ ਵਾਲੇ ਵੀ ਹੁੰਦੇ ਆ ਉਹ ਸਾਰੀਆਂ ਚੀਜ਼ਾਂ ਨੂੰ ਮੈਂ ਤਰਾਸ਼ਿਆ ਸੋ ਤਾਂ ਕਿ ਮੈਂ ਜਦੋਂ ਗਾਵਾਂ ਸੰਗਤਾਰ ਭਾਜੀ ਗਾਉਣ ਮਨਮੋਹਨ ਭਾਜੀ ਗਾਉਣ ਤਾਂ ਅਸੀਂ ਮਾਂ ਪਿਓ ਸਾਡੇ ਇੱਕ ਆ ਸਾਡੇ ਗੁਰੂ ਵੀ ਇੱਕ ਆ ਸੰਗੀਤਕ ਗੁਰੂ ਜਿਹਨਾਂ ਤੋਂ ਅਸੀਂ ਸੰਗੀਤ ਸਿੱਖਿਆ ਸਾਡੀ ਸੋਚ ਵੀ ਇੱਕ ਆ ਪਰ ਕਲਾਕਾਰ ਤਿੰਨ ਲੱਗਣ ਗਾਉਂਦੇ ਸੋ ਇਸ ਕਰਕੇ ਮੈਂ ਉਸ ਚੀਜ਼ ਨੂੰ ਵਿਲੱਖਣਤਾ ਦਿੱਤੀ ਆਪਣੀ ਪਰਫਾਰਮੈਂਸ ਨੂੰ ਬਹੁਤ ਖੁਸ਼ੀ ਹੋਈ ਇਹ ਜਾਣ ਕੇ ਹਰ ਸ਼ੋਅ ਦੇ ਵਿੱਚ ਅਸੀਂ ਦੇਖਦੇ ਕਿ ਸ਼ਾਇਦ ਹੀ ਕੋਈ ਐਸਾ ਸਰੋਤਾ ਹੋਊਗਾ ਉੱਥੇ ਬੈਠਾ ਜਿਹੜਾ ਨੱਚਦਾ ਨਹੀਂ ਕਿਉਂਕਿ ਇੰਨਾ ਸੋਹਣੀ ਪਰਫਾਰਮੈਂਸ ਹੁੰਦੀ ਹੈ ਔਰ ਇੰਨੇ ਸੋਹਣੇ ਲਿਰਿਕਸ ਇੰਨਾ ਸੋਹਣਾ ਮਿਊਜ਼ਿਕ ਹੁੰਦਾ ਸੋ ਸਾਡੇ ਪੂਰੇ ਪੰਜਾਬ ਨੂੰ ਔਰ ਕਿਸੇ ਵੀ ਦੁਨੀਆਂ ਦੇ ਕੋਨੇ ਦੇ ਵਿੱਚ ਬੈਠੇ ਪੰਜਾਬੀ ਨੂੰ ਪੰਜਾਬੀ ਵਿਰਸੇ ਤੇ ਮਾਣ ਹੈ ਵਾਰਿਸ ਭਰਾਵਾਂ ਤੇ ਬਹੁਤ ਮਾਣ ਹੈ ਸੰਤਾਰ ਜੀ ਗੱਲ ਕਰੀਏ ਮਿਊਜ਼ਿਕ ਦੀ ਤੇ ਮਿਊਜ਼ਿਕ ਡੈਫੀਨੇਟਲੀ ਇੱਕ ਬੈਕਬੋਨ ਹੈ ਕਿਸੇ ਵੀ ਗਾਣੇ ਦੀ ਅਗਰ ਗੱਲ ਕਰੀਏ ਸੋ ਮੈਨੂੰ ਪਰਸਨਲੀ ਮੈਂ ਜ਼ਰੂਰ ਜਾਣਨਾ ਚਾਹੂੰਗੀ ਮੈਨੂੰ ਲੱਗਦਾ ਸਾਡੀ ਸਾਰੀ ਆਡੀਅੰਸ ਵੀ ਜਾਣਨਾ ਚਾਹੇਗੀ ਕਿ ਇੱਕ ਘਰ ਦੇ ਜੀ ਹਾਂਜੀ ਔਰ ਗੋਡ ਗਿਫਟ ਇੰਨਾ ਮਿਊਜ਼ਿਕ ਵੀ ਹੈ ਲਿਰਿਕਸ ਵੀ ਨੇ ਫਿਰ ਗਾਇਕੀ ਇੰਨੀ ਬਾ ਕਮਾਲ ਹੈ ਸੋ ਸੰਗੀਤ ਨੂੰ ਲੈ ਕੇ ਜੋ ਤੁਸੀਂ ਸ਼ੁਰੂਆਤ ਕੀਤੀ ਸੀ ਉਸ ਟਾਈਮ ਤੇ ਤੁਹਾਨੂੰ ਕੀ ਲੱਗਿਆ ਵੀ ਕਿੰਨੇ ਕੁ ਤੁਸੀਂ ਐਫੀਸ਼ੀਐਂਟ ਹੋਵੋਗੇ ਇਸ ਦੇ ਲਈ ਕਿ ਆਪਣੇ ਹੀ ਕਿਉਂਕਿ ਜਦੋਂ ਆਪਣੇ ਘਰ ਦਾ ਹੀ ਸਾਰਾ ਕੁਝ ਹੈ ਨਾ ਲਿਰਿਕਸ ਵੀ ਨੇ ਫਿਰ ਆਪਣੇ ਹੀ ਗਾਇਕ ਨੇ ਕਮਲ ਅਸੀਂ ਇਕੱਠੇ ਸੰਗੀਤ ਦਿੰਦੇ ਹੁੰਦੇ ਸੀ ਉੱਤੇ ਕਮਲ ਸੰਗਤਾਰ ਲਿਖਿਆ ਹੁੰਦਾ ਸੀ ਸੋ ਘਰ ਦੇ ਵਿੱਚ ਕੰਮ ਤਾਂ ਵੰਡਣਾ ਹੀ ਪੈਣੇ ਸੀ ਜਦੋਂ ਮਨਮੋਹਨ ਭਾਜੀ ਗਾਉਂਦੇ ਸੀਗੇ ਤੇ ਅਸੀਂ ਕੈਨੇਡਾ ਹੁੰਦੇ ਸੀ ਅਸੀਂ ਅਗਲੇ ਗੀਤਾਂ ਤੇ ਕੰਮ ਸ਼ੁਰੂ ਕਰ ਦਿੰਦੇ ਸੀ ਟ੍ਰੇਨਿੰਗ ਸਾਡੀ ਇੱਕੋ ਹੀ ਆ ਤਿੰਨਾਂ ਦੀ ਤੇ ਇਹ ਵੀ ਆਪਣਾ ਮਿਊਜ਼ਿਕ ਆਪ ਦੇ ਸਕਦੇ ਇਹ ਵੀ ਦੇ ਸਕਦੇ ਆ ਸੋ ਜਦੋਂ ਤੁਹਾਨੂੰ ਕੋਈ ਇੱਕ ਚੀਜ਼ ਆਉਂਦੀ ਹੁੰਦੀ ਆ ਜਦੋਂ ਤੁਸੀਂ ਕੰਪਿਊਟਰ ਚਲਾਉਣਾ ਸਿੱਖ ਲਿਆ ਤੇ ਫਿਰ ਤੁਸੀਂ ਭਾਵੇਂ ਸਟ੍ਰੀਮ ਯਾਰਡ ਚਲਾਈ ਜਾ ਤੇ ਭਾਵੇਂ ਫੇਸਬੁੱਕ ਚਲਾਈ ਜਾ ਇਸ ਤਰੀਕੇ ਨਾਲ ਹੀ ਸਾਡਾ ਅਸੀਂ ਉਹ ਆਪਣਾ ਮਿਊਜ਼ਿਕ ਬਣਾਉਣ ਲੱਗ ਪਏ ਪਰ ਜਿੱਥੋਂ ਤੱਕ ਇਹ ਆ ਕਿ ਤੁਸੀਂ ਕਿੰਨਾ ਕੁ ਵਧੀਆ ਬਣਾ ਸਕਦੇ ਕਿੰਨਾ ਕੁ ਘਟੀਆ ਬਣਾ ਸਕਦੇ
ਉਹ ਇਹ ਹੁੰਦੀ ਆ ਕਿ ਕਿਸੇ ਵੀ ਚੀਜ਼ ਦੇ ਵਿੱਚ ਤੁਸੀਂ ਦੁਨੀਆਂ ਨੂੰ ਜਿੱਤ ਨਹੀਂ ਸਕਦੇ, ਤੁਸੀਂ ਜਿੰਨਾ ਕੁ ਆਪਣਾ ਕਰ ਸਕਦੇ ਤੁਸੀਂ ਉਹੀ ਕਰ ਸਕਦੇ ਹਾਂ। ਇਹ ਕਿਸੇ ਨਾਲ ਕੋਈ ਰੇਸ ਨਹੀਂ ਹੈ, ਅਸੀਂ ਨਾ ਹੀ ਇਹ ਕਹਿੰਦੇ ਹਾਂ ਕਿ ਅਸੀਂ ਕੋਈ ਵਧੀਆ ਕਰਦੇ ਹਾਂ ਜਾਂ ਘਟੀਆ ਕਰਦੇ ਹਾਂ, ਅਸੀਂ ਜੋ ਕਰ ਸਕਦੇ ਸੀ ਅਸੀਂ ਉਹੀ ਕੀਤਾ, ਤੇ ਅਸੀਂ ਕੋਸ਼ਿਸ਼ ਕਰੀਦੀ ਆ ਕਿ ਜੋ ਅਸੀਂ ਕਰ ਸਕਦੇ ਹਾਂ ਅਸੀਂ ਆਪਣਾ ਬੈਸਟ ਕਰਦੇ ਹਾਂ। ਸੋ ਹਰ ਵਾਰੀ ਬਹੁਤ ਬੈਸਟ ਹੁੰਦਾ ਹੈ ਤਾਂ ਹੀ ਤੇਰਾ ਪਿਆਰ ਮਿਲਦਾ, ਔਰ ਕਿੰਨੇ ਅੱਜ ਵੀ ਉਹ ਗਾਣੇ ਯਾਦ ਨੇ ਹਨਾ, ਉਹਨਾਂ ਦਾ 뮤직 ਜੇ ਤੁਸੀਂ ਸਿਰਫ 뮤직 ਹੀ ਪਲੇ ਕਰ ਦੋ ਤੇ ਤੁਸੀਂ ਆਪਣੇ ਆਪ ਹੀ ਗੁੰਗਣਾਉਣਾ ਸ਼ੁਰੂ ਕਰ ਦੇ ਕਿਉਂਕਿ 뮤직 ਦਾ ਮਨ ਤੇ ਕਾਫੀ ਅਸਰ ਹੁੰਦਾ। ਹਾਂਜੀ ਸਰ, ਜੇ ਹੁਣ ਗੱਲ ਕਰੀਏ ਮਨਮੋਹਨ ਵਾਰਿਸ ਜੀ ਦੇ ਉਹ ਸੋਹਣੇ ਜਿਹੇ ਗੀਤ ਦਾ, ਉਹਦੇ ਕਿਤੇ ਕੱਲੀ ਬਹਿ ਕੇ ਸੋਚੀ ਨੀ ਅਸੀਂ ਕੀ ਨੀ ਕੀਤਾ ਤੇਰੇ ਲਈ, ਤੇ ਮੈਂ ਦੇਖਿਆ ਬਹੁਤ ਸਾਰੀ ਜਗ੍ਹਾ ਉਹ ਪਿਕਚਰ ਜਿਹੜੀ ਆ, ਉਹ ਇੱਕ ਕੁੜੀ ਬੈਠੀ ਆ ਫੁਲਕਾਰੀ ਲੈ ਕੇ ਸੋਚ ਰਹੀ ਹੈ ਤੇ ਉਹ ਸ਼ਬਦ ਜਿਹੜੇ ਗੀਤ ਦੇ ਉਹ ਲਿਖੇ ਹੁੰਦੇ ਨੇ। ਸੋ ਉਸ ਗਾਣੇ ਬਾਰੇ ਕੋਈ ਸੁਣ ਲੈ ਜ਼ਰੂਰ ਕਿ ਸਾਨੂੰ ਦੱਸੋ, ਕਿਉਂਕਿ ਇੰਨਾ ਮਕਬੂਲ ਉਹ ਹੋਇਆ ਤੇ ਅੱਜ ਵੀ ਉਸਨੂੰ ਗਾਇਆ ਜਾਂਦਾ, ਉਸਨੂੰ ਸੁਣਿਆ ਜਾਂਦਾ। ਹਾਂਜੀ, ਉਹ ਇਹ ਚਾਹ ਕੇ ਨੀ ਬਣਾਈ ਜਾਂਦੀ ਕੋਈ ਵੀ ਚੀਜ਼, ਜਿੱਦਾਂ ਅਸੀਂ ਬਾਕੀ ਗਾਣੇ ਬਣਾਉਂਦੇ ਹਾਂ ਉਹ ਵੀ ਇੱਦਾਂ ਹੀ ਬਣਾਇਆ, ਪਰ ਜਦੋਂ ਅਸੀਂ ਬਣਾਉਣ ਲੱਗੇ ਸੀ ਉਹ ਸਾਂਝੀ ਟੇਪ ਸੀ ਸਾਡੇ ਸਾਰੇ ਆਰਟਿਸਟਾਂ ਦੀ, ਸਰਦੂਲ ਸਿਕੰਦਰ ਹੁਣੇ ਸਾਨੂੰ ਵਿਛੋੜਾ ਦੇ ਗਏ, ਹੁਣ ਬਹੁਤ ਬੇਵਕਤ, ਪਰਮਿੰਦਰ ਸੰਧੂ ਜੀ ਉਹ ਵੀ ਛੱਡ ਗਏ ਆ, ਉਹ ਵੀ ਵਿੱਚ ਸੀ, ਦੁਰਗਾ ਰੰਗੀਲਾ, ਹੋਰ ਆਰਟਿਸਟ ਸੀ 5-6, ਅਸੀਂ ਸਾਰਿਆਂ ਨੇ ਇੱਕ ਇੱਕ ਗਾਣਾ ਉਸ ਐਲਬਮ 'ਚ ਗਾਇਆ ਸੀ। ਪਰ ਉਹ ਗੀਤ ਨਾ ਜਦੋਂ ਉਹ ਪਿੱਕ ਕੀਤਾ ਉਹਦੇ ਲਈ ਬਣਾਉਣ ਲਈ, ਸਾਡੇ ਇੱਕ ਦੋਸਤ ਸੀ ਤੇ ਦਲਜੀਤ ਅਜਨੋਹਾ, ਜਦੋਂ ਕਮਲ ਤਰਜ ਬਣਾ ਰਿਹਾ ਸੀ ਤੇ ਉਹ ਆਏ, ਉਹ ਇੱਕਦਮ ਕਹਿੰਦੇ ਇਹ ਕਿਹਦੇ ਲਈ ਕਰ ਰਹੇ ਆ, ਉਹ ਕਹਿੰਦੇ ਇੱਕ ਜਸਵੀਰ ਗੁਣਾਚੌਰੀਆ ਉਹਨਾਂ ਦੀ ਸਾਂਝੀ ਐਲਬਮ ਬਣਾ ਰਹੇ ਆ, ਉਹ ਕਹਿੰਦਾ ਯਾਰ ਉਹਦੇ 'ਚ ਨਾ ਪਾਓ, ਇਹ ਤਾਂ ਗਾਣਾ ਬਹੁਤ ਖਰਾ। ਸੋ ਜਾਣੀ ਕਿ ਇਹ ਗਾਣਾ ਨਹੀਂ ਤਾਂ ਪਤਾ ਨੀ ਲੱਗਦਾ ਗਾਣਿਆਂ ਦਾ, ਇਹ ਗਾਣਾ ਪਹਿਲਾਂ ਤੋਂ ਹੀ ਇਹ ਦੱਸ ਰਿਹਾ ਸੀ ਕੁਛ ਕਰੂਗਾ। ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਗਾਣੇ ਆ ਜਿਹੜੇ ਅਸੀਂ ਕੱਲ ਨੂੰ ਸੁਣਾਵਾਂਗੇ ਵਾਰੀ ਵਾਰੀ, ਅਸੀਂ ਉਹ ਜਿਹੜੇ ਸਾਡਾ ਜਿਹੜਾ ਐਤਕੀ ਦਾ ਸ਼ੋਅ ਆ ਨਾ, ਉਹ ਨਵੇਂ ਗਾਣੇ ਵੀ ਤੇ ਪੁਰਾਣੇ ਵੀ, ਅਸੀਂ ਪੁਰਾਣੇ ਵੀ ਜਿਹੜੇ ਲੋਕਾਂ ਦੇ ਖੂਨ ਚ ਰਚੇ ਹੋਏ ਆ ਗਾਣੇ, ਉਹਨਾਂ ਸਾਰਿਆਂ ਨੂੰ ਉਸ ਲਿਸਟ ਵਿੱਚ ਪਾ ਰਹੇ ਹਾਂ। ਸੋ ਕੱਲ ਨੂੰ 3 ਵਜੇ ਸਾਰੇ ਜਣੇ ਪਹੁੰਚਣ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਪਹਿਲੇ ਜਿਹੜੇ ਪੁਰਾਣੇ ਗਾਣੇ ਆ, ਉਹ ਜਿਹਨਾਂ ਨੇ ਤਾਂ ਪਹਿਲਾਂ ਸੁਣੇ ਹੋਏ ਆ ਉਹਨਾਂ ਨੂੰ ਤਾਂ ਚੰਗੇ ਬਹੁਤ ਲੱਗਣੇ ਆ, ਕਿਉਂਕਿ ਉਹਨਾਂ ਦੀਆਂ ਉਹ ਜਵਾਨੀ ਯਾਦ ਆ ਜਾਂਦੀ, ਉਹ ਸਮਾਂ ਯਾਦ ਆ ਜਾਂਦਾ। ਜਿਹੜੇ ਨੌਜਵਾਨ ਆ ਉਹਨਾਂ ਲਈ ਉਹ ਨਵੇਂ ਹੀ ਆ ਗਾਣੇ, ਉਹ ਦੇਖਣਗੇ ਕਿ ਇੰਨਾ ਵਧੀਆ ਗਾਣਾ ਲਿਖਿਆ ਹੋਇਆ, ਇੰਨੀ ਵਧੀਆ ਟਿਊਨ, ਇਹ ਕਿੱਥੋਂ ਲੱਭੀਏ, ਆ ਕੇ ਉਹ ਲੱਭਣਗੇ ਯੂਟਿਊਬ ਤੇ ਕਿ ਮੈਂ ਸੁਣਿਆ ਨੀ, ਹੋ ਸਕਦਾ ਕਿਸੇ ਨੇ ਉਹ ਨਾ ਸੁਣਿਆ ਹੋਵੇ। ਸੋ ਕੱਲ ਨੂੰ ਮੈਂ ਸੰਗਤਾਰ ਕਮਲ ਹੀਰ ਅਸੀਂ ਪੇਸ਼ ਹੋ ਰਹੇ ਹਾਂ ਹਾਊਸ ਆਫ ਭੰਗੜਾ ਦੇ ਸੱਦੇ ਤੇ। ਸੋ ਸਾਰਿਆਂ ਨੂੰ ਪਿਆਰ ਭਰਿਆ ਸੱਦਾ ਆ, ਪਤਾ ਹੀ ਆ ਤੁਹਾਨੂੰ ਕਿੱਥੇ ਇਹ ਸ਼ੋਅ ਹੋਣਾ ਆ। ਸੋ ਕੱਲ ਨੂੰ ਮਿਲਦੇ ਆ, ਤੇ ਹੁਣ ਇਜਾਜ਼ਤ ਲੈਂਦੇ ਹਾਂ ਆਪਣੇ ਸਾਰੇ ਸੱਜਣਾਂ ਤੋਂ। ਅਸੀਂ ਰੇਡੀਓ ਤਰੰਗ ਦਾ ਬੜਾ ਸ਼ੁਕਰਗੁਜ਼ਾਰ ਹੈਗੇ ਹਾਂ ਅਸੀਂ ਤਿੰਨੋਂ ਭਰਾ, ਕਿ ਤੁਸੀਂ ਵੀ ਇਹ ਮੈਸੇਜ ਵਿੱਚ ਪਹਿਲਾਂ ਵੀ ਦਿੰਦੇ ਆਏ ਆ ਪਿਛਲੇ ਸਮੇਂ 'ਚ, ਬਹੁਤ ਸੋਹਣੀਆਂ ਗੱਲਾਂ ਕੀਤੀਆਂ, ਅੱਜ ਵੀ ਤੁਸੀਂ ਬਹੁਤ ਪਿਆਰੀ ਵਧੀਆ ਇੰਟਰਵਿਊ, ਸਮੇਂ ਦੀ ਘਾਟ ਆ ਗੱਲਾਂ, ਕਿਉਂਕਿ ਫਿਰ ਇਹੀ ਸਮਾਂ ਅਸੀਂ ਕੱਲ ਹੀ ਬਚਾ ਲਈਏ, ਤਿਆਰੀਆਂ ਹੋਰ ਕਰ ਲਈਏ ਥੋੜੀ, ਅਸੀਂ ਸਮਝ ਸਕਦੇ ਆ ਔਰ ਸਾਡੀ ਆਡੀਅੰਸ ਵੀ ਇਹ ਗੱਲ ਸਮਝ ਸਕਦੀ ਹੈ ਕਿ ਕੱਲ ਦਾ ਜੋ ਮੇਲਾ ਪੂਰਾ ਭਰਨ ਵਾਲਾ ਹੈ ਤੇ ਬਹੁਤ ਸਾਰੀਆਂ ਤਿਆਰੀਆਂ ਵੀ ਹੁੰਦੀਆਂ ਨੇ। ਸੋ ਆਪਣੀ ਫੈਮਿਲੀ ਦੇ ਨਾਲ ਤੁਸੀਂ ਇਸ ਮੇਲੇ ਦੇ ਵਿੱਚ ਜ਼ਰੂਰ ਆਓ, ਹਾਊਸ ਆਫ ਭੰਗੜਾ ਜਿਹੜਾ ਇਸ ਨੂੰ ਆਰਗੇਨਾਈਜ਼ ਕਰ ਰਿਹਾ ਤੇ ਖੂਬਸੂਰਤ ਪਰਸਨੈਲਿਟੀਜ਼ ਜਿਹੜੀਆਂ ਕਿਸੇ ਇੰਟਰੋਡਕਸ਼ਨ ਦੀਆਂ ਮੁਹਤਾਜ ਨਹੀਂ ਹੈ। ਸੋ ਬਹੁਤ ਸੋਹਣੇ ਜੋ ਨਵੇਂ ਗੀਤ, ਪੁਰਾਣੇ ਗੀਤ, ਬਹੁਤ ਕੁਝ ਨਵਾਂ ਲੈ ਕੇ ਵੀ ਆ ਰਹੇ ਨੇ ਤੁਹਾਡੇ ਲਈ, ਤੁਸੀਂ ਆਪਣੀ ਪੂਰੀ ਫੈਮਿਲੀ ਦੇ ਨਾਲ ਜ਼ਰੂਰ, ਬੱਚਿਆਂ ਨੂੰ ਜ਼ਰੂਰ ਲੈ ਕੇ ਆਏ। ਬਿਲਕੁਲ, ਇਹੀ ਮੌਕਾ ਹੈ ਜੀ ਅਸੀਂ ਆਪਣੇ ਬੱਚਿਆਂ ਨੂੰ ਮਿਲਾ ਸਕਦੇ, ਬਜ਼ੁਰਗ ਮਾਪਿਆਂ ਨੂੰ ਵੀ, ਮਾਪੇ ਬਹੁਤ ਆਏ ਹੋਏ ਆ ਇੱਥੇ ਜੀ, ਬਿਲਕੁਲ, ਸਖਤ ਕਮਾਈਆਂ ਕਰ ਕਰਕੇ ਘਰ ਬਾਰ ਬਣਾ ਲਏ ਨੇ, ਚਿੱਤ ਨੀ ਲੱਗਦਾ ਕੱਲਿਆਂ ਦਾ, ਮਾਪੇ ਮੰਗਵਾ ਲਏ ਨੇ। ਸੋ ਜਿਹਨਾਂ ਦੇ ਮਾਪੇ ਆਏ ਹੋਏ ਆ ਉਹਨਾਂ ਨੂੰ ਵੀ ਲੈ ਕੇ ਆਉਣ ਤੇ ਛੋਟੇ ਬੱਚਿਆਂ ਨੂੰ ਵੀ ਲੈ ਕੇ ਆਉਣ, ਆਪ ਤਾਂ ਆਉਣਾ ਹੀ ਆ ਸਾਰਿਆਂ ਨੇ। ਸੋ ਜੀ ਆਇਆਂ ਕੱਲ ਲਈ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ।